ਦੁਨੀਆ ਰਹੱਸਾਂ ਦੇ ਨਾਲ ਭਰੀ ਹੋਈ ਆ ਕੁਝ ਥਾਵਾਂ ਕੁਝ ਜਗਾਵਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਸੁਣ ਕੇ ਜਿਨ੍ਹਾਂ ਬਾਰੇ ਤੁਸੀਂ ਹੈਰਾਨ ਹੋ ਜਾਣੇ ਇਸ ਵੀਡੀਓ ਦੇ ਵਿੱਚ ਅਜਿਹੀ ਹੀ ਗੱਲ ਕਰਾਂਗੇ ਤਾਂ ਰਹੱਸ ਦੀ ਗੱਲ ਕਰਾਂਗੇ ਜਿਨ੍ਹਾਂ ਨੂੰ ਵਿਗਿਆਨ ਅਜੇ ਤੱਕ ਹੱਲ ਨਹੀਂ ਕਰ ਸਕਿਆ ਅਜਿਹਾ ਇੱਕ ਰਹੱਸ ਹੈ ਇੱਕ ਨਦੀ ਦੇ ਨਾਲ ਜੁੜਿਆ ਹੋਇਆ ਜੀ ਹਾਂ ਇਸ ਦੇ ਨਾਲ ਇੱਥੇ ਹੀ ਇੱਕ ਗੁਫਾ ਹੈ ਜਿਸ ਦੇ ਵਿੱਚ ਪੂਰੀ ਦੀ ਪੂਰੀ ਨਦੀ ਮਿਲ ਜਾਂਦੀ ਹੈ ਸਥਾਨਕ ਤੌਰ ਤੇ ਇਹ ਇਸ ਗੁਫਾ ਨੂੰ ਸ਼ੈਤਾਨ ਦੀ ਕੇਤਲੀ ਕਿਹਾ ਜਾਂਦਾ ਹੈ ਜੀ ਹਾਂ ਸ਼ੈਤਾਨ ਦੀ ਕੇਤਲੀ ਇਸ ਗੁਫਾ ਨੂੰ ਕਿਹਾ ਜਾਂਦਾ ਹੈ ਤਾਂ ਹਾਲਾਂਕਿ ਵਿਗਿਆਨ ਨੇ ਇਸ ਬੁਝਾਰਤ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਹੱਲ ਕਰਨ ਦੇ ਵਿੱਚ ਵਿਗਿਆਨ ਹੁਣ ਤੱਕ ਅਸਫਲ ਰਹੀ ਹੈ ਦੱਸ ਦਈਏ ਕਿ ਇਹ ਗੁਫਾ ਅਮੈਰੀਕਾ ਦੇ ਵਿੱਚ ਪੈਂਦੀ ਹੈ ਇਸ ਗੁਫਾ ਨੂੰ ਅੰਗਰੇਜ਼ੀ ਦੇ ਵਿੱਚ ਦੀ ਡੈਵਲ ਕੇਟਲ ਕਿਹਾ ਜਾਂਦਾ ਹੈ ਜੀ ਹਾਂ ਨਦੀ ਦੇ ਇਹ ਨਦੀ ਅਮੈਰੀਕਾ ਦੇ ਸੁਪੀਰੀਅਰ ਝੀਲ ਦੇ ਉੱਤਰ ਕਿਨਾਰੇ ਮਿਨੀਸੋਟਾ ਦੇ ਜੱਜ ਸਿਨਾਰ ਮੈਗਨੀ ਸਟੇਟ ਪਾਰਕ ਦੇ ਵਿੱਚ ਇੱਕ ਝਰਨੇ ਦੇ ਰੂਪ ਦੇ ਵਿੱਚ ਡਿੱਗਦੀ ਹੈ ਪਰ ਇਸ ਦੇ ਵਿੱਚ ਡਿੱਗਣ ਵਾਲਾ ਸਾਰਾ ਪਾਣੀ ਉੱਥੇ ਇੱਕ ਛੋਟੇ ਸੁਰਾਖ ਦੇ ਵਿੱਚ ਜਾਂਦਾ ਜੋ ਕਿ ਇੱਕ ਗੁਫਾ ਵਰਗਾ ਹੈ ਸਭ ਤੋਂ ਹੈਰਾਨ ਦੀ ਗੱਲ ਇਹ ਹੈ ਕਿ ਬਰੂਲ ਨਦੀ ਦੇ ਸਰੋਤ ਦਾ ਸਾਰਾ ਪਾਣੀ ਵੱਖਰੀਆਂ ਤੰਗ ਚਟਾਨਾਂ ਦੇ ਰਸਤੇ ਤੋਂ ਹੇਠਾਂ ਵੱਲ ਡਿੱਗਦਾ ਅਤੇ ਫਿਰ ਇਹ ਸੁਰਾਖ ਦੇ ਵਿੱਚ ਦਾਖਲ ਹੋ ਜਾਂਦਾ ਤਾਂ ਵਿਗਿਆਨੀ ਇਸ ਰਹੱਸ ਨੂੰ ਹਜੇ ਤੱਕ ਹੱਲ ਨਹੀਂ ਕਰ ਸਕੇ ਇੱਕ ਛੋਟਾ ਜਿਹਾ ਸੁਰਾਖ ਅੱਜ ਵੀ ਵਿਗਿਆਨੀਆਂ ਦੇ ਲਈ ਰਹੱਸ ਬਣਿਆ ਹੋਇਆ ਜਿਸ ਇਸ ਨਦੀ ਦਾ ਪਾਣੀ ਕਿੱਥੇ ਜਾਂਦਾ ਹੈ ਇਸ ਦੇ ਭੇਤ ਨੂੰ ਖੋਲ੍ਹਣ ਦੇ ਲਈ ਵਿਗਿਆਨੀਆਂ ਨੇ ਪਿੰਗ ਪੋਂਗ ਬੋਲ ਕਲਰ ਡਾਈ ਸਭ ਨੂੰ ਡਾਲ ਕੇ ਵੇਖ ਲਿਆ ਕਿ ਆਖਰ ਪਤਾ ਚੱਲ ਸਕੇ ਕਿ ਪਾਣੀ ਕਿੱਥੇ ਜਾ ਰਿਹਾ ਹਾਲਾਂਕਿ ਹੁਣ ਤੱਕ ਇਹ ਪਤਾ ਲਗਾਉਣ ਲਈ ਕੋਈ ਚਾਲ ਨਹੀਂ ਚੱਲੀ ਗਈ ਪਾਣੀ ਕਿੱਥੇ ਜਾਂਦਾ ਇਸ ਬਾਰੇ ਕੁਝ ਪਤਾ ਨਹੀਂ ਚੱਲ ਸਕਿਆ ਇਸ ਸੁਰਾਖ ਨੂੰ ਸ਼ੈਤਾਨ ਦੀ ਕੇਤਲੀ ਕਿਉਂ ਕਿਹਾ ਜਾਂਦਾ ਇਹ ਵੀ ਤੁਹਾਨੂੰ ਦੱਸ ਦਿੰਦਾ ਲੋਕ ਇਸ ਛੋਟੀ ਗੁਫਾ ਨੂੰ ਸ਼ੈਤਾਨ ਦੀ ਕੇਤਲੀ ਸ਼ੈਤਾਨ ਦੀ ਕੜਾਈ ਜਾਂ ਦ ਡੇਵਲ ਕੇਟਲ ਵਰਗੇ ਨਾਵਾਂ ਦੇ ਨਾਲ ਬੁਲਾਉਂਦੇ ਨੇ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ ਇਸ ਗੁਫਾ ਨੂੰ ਅਜਿਹੇ ਨਾਂ ਨਾਲ ਕਿਉਂ ਬੁਲਾਇਆ ਜਾਂਦਾ ਦਰਅਸਲ ਸਦੀਆਂ ਪਹਿਲਾਂ ਜਦੋਂ ਵਿਗਿਆਨ ਦਾ ਇੰਨਾ ਵਿਕਾਸ ਨਹੀਂ ਹੋਇਆ ਸੀ ਤਾਂ ਲੋਕ ਹਰ ਤਰ੍ਹਾਂ ਦੀਆਂ ਵਿਲੱਖਣ ਚੀਜ਼ਾਂ ਨੂੰ ਰੱਬ ਅਤੇ ਸ਼ੈਤਾਨ ਦੇ ਨਾਲ ਜੋੜਦੇ ਸਨ ਇਹ ਇੱਕ ਛੋਟੀ ਜਿਹੀ ਗੁਫਾ ਹੈ ਜਿਸ ਦੇ ਵਿੱਚ ਨਦੀ ਦਾ ਸਾਰਾ ਪਾਣੀ ਸਮਾ ਜਾਂਦਾ ਹੈ ਇਸ ਲਈ ਲੋਕ ਇਸ ਨੂੰ ਸ਼ੈਤਾਨ ਦੀ ਕੇਤਲੀ ਕਹਿੰਦੇ ਨੇ ਜੋ ਕਦੇ ਭਰਦੀ ਨਹੀਂ ਤਾਂ ਇਸ ਰਹੱਸਮਈ ਜਗ੍ਹਾ ਬਾਰੇ ਤੁਸੀਂ ਕੀ ਸੋਚਦੇ ਹੋ ਤੁਹਾਡੇ ਕੀ ਰਾਏ ਹੈ ਕਿ ਤੁਸੀਂ ਕਦੇ ਦੇਖਿਆ ਜਾਂ ਸੁਣਿਆ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਦੱਸਣਾ